बड़ा कमाल दा ते लाटला पट्ठा आए हाय उड़दा है क्या बात है पूरा जिहड़ा ना शौक एक वारी करवांदा जी समान धो के आउंदा है। सलाम अलैकुम सारे दोस्तों भरावान का की हाल चाल है ठीक ठाक उम्मीद है सारे भरा ठीक ठाक होणगे ते अज दी वीडियो दा आगाज़ अहीं करदे आं शुरू ते अज मैं अपने दोस्तों वास्ते वीडियो बना लगा मौसम की चेंजिंग वास्ते के परपटाई की हुई है ते पड़दार कबूतर नज़दीक हो गए ते अक्सर कुछ कबूतर विच बीमार भी हो जांदे ने अक्सर पिछे मैं वीडियो बनाई है चैक कर सकते हो शौक तुसीं करो माशाल्लाह कबूतर अलहमदुलिल्लाह ते साडी बटेरी मादी है भी तुसीं शौक कर सकते हो नाल सियालकोटी कबूतर है ठीक है ते एक एक नस्ल मोतियां वाले तुहानूं असीं कलसीरे सारे अलहमदुलिल्लाह चैक करवाने पे शौक करवाने ते जिस मेरे भरा वीडियो अच्छी लगती है चैनल नूं सबसक्राइब वीडियो नूं लाइक शेयर जरूर कर दिओ ते इंशाल्लाह अगू तुहाडे वास्ते चंगे वीडियो बनांदे रहांगे। तो कबूतरां दी अगू हुण तैयारी लगे हैं शुरू करन ते आस्ता आस्ता हुण कढ़न लगे हैं बाहर ते साडे कबूतर रह गए ने तकरीबन एक हफ्ते दे विच करीब हो गए ने ते एक हफ्ते बाद उंजी पड़दार हो जाने ने ते बाद दे विच जिहड़ा ना फिर थोड़े थोड़े कड़ के ते इहनां नूं फंड के ते आस्ता आस्ता असीं जिहड़ा ना बाल कढ़ना शुरू कर देवांगे। साडा चिट्टा कबूतर दरम्यान दे विच वेख सकदे हो मैं वीडियो बनाईए ते नाल साडी है कलसीरा कबूतर है ठीक है एल आ जिहड़ा मोतियां वाला साडा कबूतर है उस तों इलावा तुहानूं असीं पट्ठे दा शौक करवाने आ बड़ा लाडला यकीन करो कमाल दा बड़ा कमाल दा ते लाडला पट्ठा आए हाय हाय उड़दा है क्या बात है पूरा जिहड़ा ना शौक एक वारी करवांदा जी समान धो के आउंदा है ए वेखो मगर कबूतर है ते वडाड़ इहदी आए हाय यकीन करो उड़ के आउंदा जी समान दे विच पूरा मका के अपने आप नूं ते एंड करके ਇਹਦੀਆਂ ਫਿਰਤਾ ਸ਼ਿਰਤਾਂ ਵੀ ਇਹ ਕਰਵਾਵਾਂਗੇ ਤੁਹਾਡੇ ਸਾਹਮਣੇ ਅਤੇ ਵਡਾ ਕੇ ਤੁਹਾਨੂੰ ਰਿਕਾਰਡਿੰਗ ਵੀ ਕਰਕੇ ਤੁਹਾਡੇ ਸਾਹਮਣੇ ਦੱਸਾਂਗੇ ਤੁਹਾਨੂੰ ਕਿ ਵੇਖ ਲਓ ਤੁਹਾਡੇ ਸਾਹਮਣੇ ਉੱਡ ਕੇ ਇਹ ਆਇਆ ਜੇ ਇਹ ਸਾਡਾ ਉੱਤੇ ਗੋਲਡਨ ਜਿਹਾ ਕਬੂਤਰ ਉੱਤੇ ਆਇਆ ਜੇ ਉੱਤੇ ਵੀ ਨੇ ਕੁਛ ਅਤੇ ਵੇਖ ਸਕਦੇ ਹੋ ਤੁਸੀਂ ਅਤੇ ਮੈਂ ਤੁਹਾਨੂੰ ਦੋਸਤਾਂ ਨੂੰ ਦੱਸਦਾ ਰਹਿੰਦਾ ਵਾਂ ਕਿ ਜਿਹੜਾ ਨਾ ਕਬੂਤਰ ਵਡਾਵਾਂਗੇ ਤੁਹਾਨੂੰ ਦੋਸਤਾਂ ਨੂੰ ਸ਼ੌਕ ਕਰਾਵਾਂਗੇ ਸਾਡੇ ਆ ਬੜੇ ਬੜੇ ਚੰਗੇ ਅਤੇ ਲਾਡਲੇ ਵਾਲੇ ਦੇ ਕਬੂਤਰ ਨੇ ਕੱਪਾਂ ਦੇ ਵਿੱਚ ਝੂਣਾ ਛੱਡਣੇ ਨੇ ਗੇਮ ਕਰਨਗੇ ਮੈਦਾਨ ਪਾਉਣਗੇ ਸਿਰ ਕੱਢਣਗੇ ਪਿੰਡ ਦੇ ਵਿੱਚ ਇਲਾਕੇ 'ਚ ਵਹਾਉਣਗੇ ਅਤੇ ਫਿਰ ਹੀ ਚੱਸ ਆਏਗੀ ਕਿਉਂਕਿ ਦਾਣਾ ਪਾਉਂਦੇ ਹਾਂ ਤੁਹਾਨੂੰ ਪਾਣੀ ਪਾਉਂਦੇ ਹਾਂ ਹਰ ਚੀਜ਼ ਨੇ ਮਿਹਨਤ ਕੇਅਰ ਕਰਦੇ ਹਾਂ ਮੈਡੀਸਨ ਕੇਅਰ ਕਰਦੇ ਹਾਂ ਹਰ ਚੀਜ਼ ਕਰਦੇ ਹਾਂ ਅਤੇ ਬਸ ਹੁਣ ਅੱਗੂ ਸਾਡਾ ਕੀ ਮਕਸਦ ਹੈ ਕਿ ਸਾਡੇ ਉੱਡ ਕੇ ਆਉਣ ਅਤੇ ਫਿਰ ਹੀ ਸ਼ੌਕ ਹੁੰਦਾ ਸਾਡਾ ਪੂਰਾ ਅਤੇ ਹੋਰ ਸਾਡਾ ਕੀ ਮਕਸਦ ਹੁੰਦਾ ਇੱਧਰ ਜਾਲ ਦੇ ਉੱਤੇ ਵੀ ਗਏ ਨੇ ਕੁਛ ਕਬੂਤਰ ਠੀਕ ਹੈ ਅਸੀਂ ਮਾਦੀ ਅੰਦਰ ਜਾਲ ਦੇ ਵਿੱਚ ਬੈਠੀ ਹੈ ਬੜੀ ਮਾਦੀ ਯਕੀਨ ਕਰੋ ਐਂਡ ਚੱਸ ਕਰਵਾਉਂਦੀ ਹੈ ਮਾਦੀ ਇਹ ਪੁਰਾਣੇ ਸਾਈਡ ਵਾਲੇ ਕਿ ਜਿਨ੍ਹਾਂ ਨੇ ਸਾਨੂੰ ਤੁੰਨ ਕੇ ਪਰਵਾਜ਼ਾ ਦੇ ਚੁੱਕੇ ਨੇ ਅਤੇ ਜਿੰਨੇ ਕਬੂਤਰ ਨੇ ਜਿਹਨੂੰ ਤੁਸੀਂ ਛੇੜੋਗੇ ਹਰ ਕਬੂਤਰ ਜਿਹੜਾ ਸ਼ਾਮ ਨੂੰ ਛੇੜੋ ਦਾ ਮਤਲਬ ਇਹ ਨਹੀਂ ਕਿ ਤੁਸੀਂ ਨੁਕਸਾ ਲਾਓਗੇ ਬਗੈਰ ਜਿਹਨਾਂ ਨਾਲ ਫਿਰਤਾਂ ਨੂੰ ਚੜ ਚੜ ਪੰਜ ਪੰਜ ਫਿਰਤਾ ਦੇਵੋ ਇਹ ਕਬੂਤਰ ਸਾੜੇ ਆਪਣੀ ਵਡਾੜ 'ਤੇ ਜਿਹਨਾਂ ਨੂੰ ਜਾਣ ਗਿਆ ਕਬੂਤਰ ਤੁਸੀਂ ਵੇਖੋ ਕੋਈ ਬੰਦਾ ਹੋਇਆ ਜਿਹੜਾ ਇਹਨੂੰ ਕਹਿ ਸਕੇ ਕਿ ਵੱਡੇ ਤੋਂ ਵੱਡਾ ਉਸਤਾਦ ਬੜਾ ਕੋਈ ਪੱਥਰ ਦੇ ਉਸਤਾਦ ਹੋਣਾ ਕਿਸੇ ਨਾਲ ਖੜਕਣ ਵਾਲਾ ਜਿਹੜਾ ਆਖੇਗਾ ਕਬੂਤਰ ਤੁਹਾਡਾ ਅੱਛਾ ਨਹੀਂ ਵੇਖਣ ਵਾਲੇ ਸਾਡੇ ਉਸਤਾਦ ਆਉਂਦੇ ਨੇ ਇੱਕ ਕਬੂਤਰ ਜਿਹੜਾ ਨਾ ਵੇਖੇ ਇੱਕ ਵਾਰੀ ਜਦੋਂ ਸ਼ੌਕ ਕਰਨ ਵਾਲੇ ਹੁੰਦੇ ਨਾ ਉਹ ਕਬੂਤਰ ਨੂੰ ਰਿਜੈਕਟ ਨਹੀਂ ਕਰ ਸਕਦੇ ਹਾਂ ਕਿਸੇ ਦੀ ਬੜੀ ਕੋਈ ਨਿਸ਼ਾਨੀ ਹੋਏ ਕਿ ਬੜਾ ਕਿਸੇ ਦੀ ਖਾੜ ਕੱਢੀ ਹੋਏ ਤਾਂ ਫਿਰ ਤੁਹਾਡਾ ਨਾ ਕ੍ਰੋਧ ਕੱਢੇਗਾ ਅਤੇ ਕਿਸੇ ਦਾ ਕਬੂਤਰ ਨਖਿੰਦੇਗਾ ਪਰ ਮਜ਼ਾ ਤਾਂ ਉਦੋਂ ਆਉਂਦਾ ਜਦੋਂ ਮੈਦਾਨ ਦੇ ਵਿੱਚ ਕਬੂਤਰ ਲੱਭੇ ਕੋਈ ਨਾ ਅਤੇ ਤੁਹਾਡਾ ਇਕੱਲਾ ਉੱਤੋਂ ਨਿਕਲ ਕੇ ਅਤੇ ਆਏ ਅਤੇ ਇਨਸ਼ਾਅੱਲਾ ਅੱਗੋਂ ਤੁਹਾਡੇ ਵਾਸਤੇ ਵੀਡੀਓ ਬਣਾਉਂਦੇ ਰਹਾਂਗੇ ਜੁੜੇ ਸਾਡੇ ਨਾਲ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ 'ਚ ਓਕੇ ਅੱਲਾ ਹਾਫਿਜ਼।